ਨੂੰ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੌਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜਿੱਥੇ ਪ੍ਰਾਈਵੇਟ ਬੱਸ ਵਾਲਿਆਂ ਦੀ ਗੁੰਡਾਗਰਦੀ ਸਰਕਾਰੀ ਡਰਾਈਵਰ ਦੀ ਲਾਹੀ ਪੱਗ ਤੇ ਤਾਣਿਆ ਪਿਸਤੌਲ ਪ੍ਰਾਈਵੇਟ ਅਤੇ ਸਰਕਾਰੀ ਬੱਸਾਂ ਵਾਲੇ ਸਵਾਰੀਆਂ ਉਠਾਉਣ ਨੂੰ ਲੈ ਕੇ ਆਪਸ ਦੇ ਵਿੱਚ ਝੜਦੇ ਰਹਿੰਦੇ ਨੇ ਪ੍ਰਾਈਵੇਟ ਬੱਸਾਂ ਵਾਲਿਆਂ ਦੀ ਗੁੰਡਾਗਰਦੀ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਇਸੇ ਤਰ੍ਹਾਂ ਦਾ ਮਾਮਲਾ ਅੰਮ੍ਰਿਤਸਰ ਦੇ ਬੱਸ ਸਟੈਂਡ ਤੋਂ ਸਾਹਮਣੇ ਆਇਆ ਜਿੱਥੇ ਪ੍ਰਾਈਵੇਟ ਬੱਸ ਦੇ ਡਰਾਈਵਰ ਅਤੇ ਕੰਡਕਟਰ ਦੀ ਗੁੰਡਾਗਰਦੀ ਦਾ ਨੰਗਾ ਨਾਚ ਕਰਦਿਆਂ ਸਰਕਾਰੀ ਬਨ 62 ਦੇ ਡਰਾਈਵਰ ਦੀ ਕੁੱਟਮਾਰ ਕਰਕੇ ਉਸ ਦੀ ਪੱਗ ਵੀ ਲਾ ਦਿੱਤੀ ਇਸ ਦੌਰਾਨ ਪ੍ਰਾਈਵੇਟ ਬੱਸ ਵਾਲਿਆਂ ਨੇ ਉਸ ਤੇ ਪਿਸਤੌਲ ਵੀ ਤਾਣ ਲਿਆ ਪੰਜਾਬ ਚ ਉਹਨਾਂ ਨੂੰ ਲੈ ਕੇ ਵੱਡੀ ਖਬਰ ਆਦੀ ਸੰਯੁਕਤ ਸਮਾਜ ਮੋਰਚੇ ਵੱਲੋਂ ਪੰਜਵੀਂ ਸੂਚੀ ਜਾਰੀ ਜਗਰਾਉਂ ਮੁਕੇਰੀਆਂ ਦੇ ਸਣੇ 8 ਹੋਰ ਸੀਟਾਂ ਦੇ ਉੱਪਰੋਂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਬੀਤੇ ਦਿਨੀ ਪਾਰਟੀ ਦੇ ਨਾਮ ਵਾਲੀ ਚੌਥੀ ਸੂਚੀ ਜਾਰੀ ਕੀਤੀ ਸੀ ਜਿਸ ਵਿੱਚ 35 ਸੀਟਾਂ ਤੋਂ ਉਮੀਦਵਾਰਾਂ ਨੂੰ ਐਲਾਨਿਆ ਗਿਆ ਸੀ ਕਾਂਗਰਸ ਦੇ ਸੀਨੀਅਰ ਆਗੂ ਐਡਵੋਕੇਟ ਪਲਵਿੰਦਰ ਸਿੰਘ ਬਾਜਵਾ ਸਾਥੀਆਂ ਸਮੇਤ ਭਾਜਪਾ ਚੂ ਸ਼ਾਮਲ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਵਿਖੇ ਆਪਣਾ ਵੱਡਾ ਆਧਾਰ ਰੱਖਣ ਵਾਲੇ ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਪਲਵਿੰਦਰ ਸਿੰਘ ਬਾਜਵਾ ਵੱਲੋਂ ਸਾਥੀਆਂ ਸਮੇਤ ਭਾਜਪਾ ਚ ਸ਼ਾਮਲ ਹੋਣ ਨਾਲ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ ਐਡਵੋਕੇਟ ਬਾਜਵਾ ਆਪਣੇ ਸਾਥੀਆਂ ਸਮੇਤ ਭਾਜਪਾ ਦੇ ਸੀਨੀਅਰ ਆਗੂ ਅਸ਼ਵਨੀ ਕੁਮਾਰ ਦੀ ਅਗਵਾਈ ਚ ਸ਼ਾਮਲ ਹੋਏ ਨੇ ਐਡਵੋਕੇਟ ਬਾਜਵਾ ਯੂਨੀਵਰਸਿਟੀ ਸਮੇਤ ਸਮੇ ਤੋਂ ਹੀ ਸਿਆਸਤ ਵਿੱਚ ਮੋਰੀ ਅਤੇ ਵਿਚਰਦੇ ਆ ਰਹੇ ਨੇ ਕਾਂਗਰਸ ਵੱਲੋਂ ਇਸ ਖੇਤਰ 'ਚ ਲੜੀਆਂ ਜਾਂਦੀਆਂ ਸਾਰੀਆਂ ਚੋਣਾਂ 'ਚ ਬਾਜਵਾ ਚੋਣ ਪ੍ਰਚਾਰ 'ਚੂ ਨੌਜਵਾਨਾਂ ਦਾ ਮਾਰਗਦਰਸ਼ਕ ਕਰਦੇ ਨੇ ਕੇਜਰੀਵਾਲ ਭੁੱਲਰ ਦੀ ਰਿਹਾਈ ਵਿੱਚ ਫਿਰ ਕੂ ਪੱਖਪਾਤ ਤੇ ਚੋਣਾਂ ਦੇ ਮੌਕਾ ਪ੍ਰਸਤੀ ਨੂੰ ਅੜਿੱਕਾ ਨਾ ਬਨਣ ਦੇ ਪ੍ਰਕਾਸ਼ ਸਿੰਘ ਬਾਦਲ 5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੇ ਵੱਡਾ ਬਿਆਨ ਦਿੱਤਾ ਹੈ ਜੀ ਉਹਨਾਂ ਨੇ ਕਿਹਾ ਪੰਜਾਬ ਵਿੱਚ ਸ਼ਾਂਤੀ ਅਤੇ ਪਿਰਖੂ ਸੱਤ ਭਾਵਨਾ ਹੋਰ ਮਜ਼ਬੂਤ ਕਰਨ ਦੇ ਲਈ ਬਧੇਰੇ ਹਿੱਤ ਵਿੱਚ ਭਾਈ ਦਵਿੰਦਰਪਾਲ ਸਿੰਘ ਪੁੱਲਰ ਦੀ ਰਿਹਾਈ ਤੁਰੰਤ ਹੋਣੀ ਚਾਹੀਦੀ ਹੈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੂੰ ਅਪੀਲ ਕੀਤੀ ਕਿ ਉਹ ਫਿਰਕੂ ਪੱਖਪਾਤ ਜਾਂ ਫਿਰ ਸਿਆਸੀ ਜਾਂ ਚੋਣਾਂ ਦੀ ਮੌਕਾ ਪ੍ਰਸਤੀ ਲਈ ਪੁਆਈ ਪੁੱਲਰ ਦੀ ਰਿਹਾਈ ਲਈ ਪ੍ਰਵਾਨਗੀ ਨਾ ਦੇਣ ਦਾ ਆਧਾਰਨਾ ਬੰਨਣਾ ਉਹਨਾਂ ਨੇ ਕਿਹਾ ਕਿ ਸਰਦਾਰ ਪੁੱਲਰ ਨੂੰ ਤਰਹੰਤ ਰਹਾ ਕੀਤਾ ਜਾਣਾ ਚਾਹੀਦਾ ਕਿਉਂਕਿ ਉਹ ਪਹਿਲਾਂ ਹੀ ਜੇਲ੍ਹ ਵਿੱਚ ਆਪਣੀ ਸਜ਼ਾ ਪੂਰੀ ਕਰ ਚੁੱਕੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਮੋੱਖ ਆਗੂਆਂ ਨੇ ਦਿੱਲੀ ਦੇ ਮੁੱਖ ਮੰਤਰੀ ਨੂੰ ਆਖਿਆ ਹੈ ਕਿ ਉਹ ਸਮਾਜ ਅਤੇ ਦੇਸ਼ ਪ੍ਰਤੀ ਸੰਜੀਦਗੀ ਅਤੇ ਜ਼ਿੰਮੇਵਾਰੀ ਵਿਖਾਉਣ ਅਤੇ ਅਜਿਹਾ ਕੋਝਨਾ ਕਰਨ ਜਿਸ ਨਾਲ ਫਿਰਕੂ ਤ੍ਰੂਵੀਕਰਨ ਵਰਗੀ ਨਾਪੱਖੀ ਸੂਚ ਮਜ਼ਬੂਤ ਹੋਵੇ ਪ੍ਰੋਫੈਸਰ ਭੁੱਲਰ ਦੇ ਭਰਾ ਨੂੰ ਨਾਲ ਲੈ ਕੇ ਪਾਈ ਟਪਾਲੀ ਪੁੱਜ ਗਿਆ ਭਗਵੰਤ ਮਾਨ ਦੇ ਘਰ ਕਿ ਹਜੇ ਫਾਈਲ ਐਲਜੀ ਕੋਲ ਆ ਤਾਂ ਡਿਸਪੈਚ ਨੰਬਰ ਦੱਸੇ ਆਪ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਸੁਪਰੀਮੋ ਕੇਜਰੀਵਾਲ ਵੱਲੋਂ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਰਿਹਾਈ ਵਾਲੀ ਫਾਈਲ ਰੱਦ ਦਾ ਕਰਨ ਦਾ ਮਾਮਲਾ ਦਿਨੋਂ ਦਿਨ ਤੂਲ ਫੜ ਰਿਹਾ ਹੈ ਅੱਜ ਦਰਬਾਰੇ ਖਾਲਸਾ ਤੇ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਸਿੱਖ ਪ੍ਰਚਾਰਕ ਪਾਈ ਹਰਦੀਪ ਸਿੰਘ ਟਪਾਲੀ ਪ੍ਰੋਫੈਸਰ ਪੁੱਲਰ ਦੇ ਪ੍ਰਮੁੱਖ ਤਿਆਰ ਸਿੰਘ ਪੁੱਲਰ ਨੂੰ ਨਾਲ ਲੈ ਕੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਤੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਦੇ ਘਰ ਪਹੁੰਚ ਗਏ ਭਗਵੰਤ ਮਾਨ ਦੇ ਘਰ ਅੱਗੇ ਖੜ ਕੇ ਪੁੱਲਰ ਨੇ ਇਸ ਮਸਲੇ ਤੇ ਪਿੰਡ ਸਤੋਜ ਦੀ ਸੰਗਤ ਨਾਲ ਗੱਲਬਾਤ ਕੀਤੀ ਪਾਈਟ ਭਾਲੀ ਦੀ ਮਾਨ ਦੀ ਮਾਤਾ ਨੂੰ ਹਰਪਾਲ ਕੌਰ ਨੂੰ ਬੇਨਤੀ ਕਰਦਾ ਗਿਆ ਕਿ ਪੁੱਲਰ ਵਾਲੇ ਮਸਲੇ ਤੇ ਉਹਨਾਂ ਦੀ ਪੁੱਤ ਦੀ ਚੁੱਪ ਸ਼ੌਕ ਸ਼ੱਕ ਪੈਦਾ ਕਰ ਰਹੀ ਹੈ ਜਿਵੇਂ ਬਾਕੀ ਰਾਜਨੀਤਿਕ ਪਾਰਟੀਆਂ ਤੇ ਲੀਡਰ ਸਿੱਖ ਵਿਰੋਧੀ ਸੋਚ ਰੱਖਦੇ ਨੇ ਉਸੇ ਰਾਹ ਤੇ ਭਗਵੰਤ ਮਾਨ ਤੁਰ ਪਟਪਾਲੀ ਨੇ ਕਿਹਾ ਕਿ ਅੱਜ ਉਹ ਮਾਨ ਦੇ ਪਿੰਡ ਸਤੋਜ ਪੂਜੇ ਹਨ ਇਸੇ ਤਰ੍ਹਾਂ ਪੁੱਲਰ ਵਾਲੇ ਮਸਲੇ ਨੂੰ ਲੈ ਕੇ ਉਹਨਾਂ ਨੇ ਹਲਕੇ ਦੇ ਵਿੱਚ ਜਾ ਕੇ ਹਰ ਇੱਕ ਹਲਕੇ ਦੇ ਵਿੱਚ ਜਾ ਕੇ ਆਮ ਆਦਮੀ ਪਾਰਟੀ ਦੇ ਇਸ ਸਿੱਖ ਵਿਰੋਧੀ ਸੋਚ ਬਾਰੇ ਲੋਕਾਂ ਨੂੰ ਦੱਸਣਗੇ ਭਾਈ ਪਟਪਾਲੀ ਨੇ ਕਿਹਾ ਕਿ ਹਰ ਨਿੱਕੀ ਨਿੱਕੀ ਗੱਲ ਤੇ ਪ੍ਰੈਸ ਕਾਨਫਰੰਸ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਲੀਡਰ ਹੁਣ ਕਿਉਂ ਸਿੱਖ ਸੰਗਤ ਦੇ ਜਵਾਬ ਦੇਣ ਤੋਂ ਭੱਜ ਰਹੇ ਨੇ ਉਹਨਾਂ ਨੇ ਭਗਵੰਤ ਮਾਨ ਨੇ মিডিਆ ਚ ਕਿਹਾ ਸੀ ਕਿ ਭੁੱਲਰ ਦੀ ਫਾਈਲ ਐਲਜੀ ਦੇ ਕੋਲਿਆ ਤਾਂ ਪਾਈਟ ਪਾਲਿੰਗ ਕਹਿਆ ਜੀ ਫਿਰ ਆਮ ਆਦਮੀ ਪਾਰਟੀ ਨੂੰ ਉਸ ਦਾ ਡਿਸਪੈਚ ਨੰਬਰ মিডিਆ ਨੂੰ ਜਾਰੀ ਕਰ ਦੇਵੇ ਪ੍ਰਤਾਪ ਬਾਜਵਾ ਨੇ ਨੌਜਵਾਨਾਂ ਦੇ ਲਈ ਕੀਤਾ ਵੱਡਾ ਐਲਾਨ ਪੰਜਾਬ ਦੀ ਜਵਾਨੀ ਦੇ ਲਈ ਹਮੇਸ਼ਾ ਆਪਣੇ ਖੇਤਾਂ ਦੇ ਵਿੱਚ ਕੰਮ ਕਰਨ ਲਈ ਪੰਜਾਬ ਨੂੰ ਹਰੀ ਕ੍ਰਾਂਤੀ ਵੱਲ ਤੋਰਿਆ ਉਸ ਦੇ ਨਾਲ ਹੀ ਪੰਜਾਬ ਦੀ ਜਵਾਨੀ ਨੇ ਦੇਸ਼ ਦੀਆਂ ਸਰਹੱਦਾਂ ਉੱਤੇ ਖੜ ਕੇ ਵੀ ਦੇਸ਼ ਦੀ ਰਾਖੀ ਕੀਤੀ ਹੈ ਕੁਰਬਾਨੀਆਂ ਦੇ ਕੇ ਨਵਾਂ ਇਤਿਹਾਸ ਰਚਿਆ ਇਸ ਤੋਂ ਇਲਾਵਾ ਪੰਜਾਬ ਦੀ ਜਵਾਨੀ ਨੇ ਵਿੱਦਿਆ ਖੇਤਰ ਦੇ ਵਿੱਚ ਨਾਮ ਨਾ ਘਟਿਆ ਹੈ ਪਰ ਹੁਣ ਕੁਝ ਸਾਲਾਂ ਤੋਂ ਪੰਜਾਬ ਦੀ ਜਵਾਨੀ ਵਿਦੇਸ਼ਾਂ ਦੇ ਵੱਲ ਜਾ ਰਹੀ ਹੈ ਜਵਾਨੀ ਦੇ ਇਸ ਰੁਝਾਨ ਨੂੰ ਰੋਕਣ ਦੇ ਲਈ ਪੰਜਾਬ ਸਰਕਾਰ ਅਤੇ ਕਾਂਗਰਸ ਦੀ ਪਹਿਲ ਹੋਵੇਗੀ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਮਾਫ ਕਰਨਾ ਪੰਜਾਬ ਦੇ ਰਾਜ ਸਭਾ ਮੈਂਬਰ ਕਾਂਗਰਸ ਦੇ ਚੋਣ ਮੈਨੀਫੈਸਟੋ ਚੇਅਰਮੈਨ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਆਪਣੇ ਹਲਕਾ ਕਾਦੀਆਂ ਦੇ ਪਿੰਡ ਰਾਜੂ ਬੇਲਾ ਵਿੱਚ ਚੋਣ ਪ੍ਰਚਾਰ ਦੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕੀਤਾ ਅੱਗੇ ਵਧਣ ਤੋਂ ਪਹਿਲਾਂ ਨਿੱਕੀ ਜੀ ਬੇਨਤੀ ਆ ਜੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਦੋਸਤੋ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲਰ ਦੀ ਰਿਹਾਈ ਪੰਜਾਬ ਚੋਣਾਂ ਲਈ ਵੱਡਾ ਮੁੱਦਾ ਬਣਦਾ ਜਾ ਰਿਹਾ ਹੈ ਜਿਸ ਸੇਕ ਵੋਟਰਾਂ ਨੂੰ ਲਪਾਉਣ ਲਈ ਹਰ ਪਾਰਟੀ ਪ੍ਰੋਫੈਸਰ ਪੁੱਲਰ ਦੀ ਰਿਹਾਈ ਲਈ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਅਤੇ ਆម ਆਦਮੀ ਪਾਰਟੀ ਨੂੰ ਘੇਰਨ ਦੀ ਤਿਆਰੀ ਵਿੱਚ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਬਾਦਲ ਨੇ ਵੀ ਕੇਜਰੀਵਾਲ ਨੂੰ ਪੁੱਲਰ ਦੀ ਤੁਰੰਤ ਰਿਹਾਈ ਨੂੰ ਮਨਜ਼ੂਰ ਕਰਨ ਦੇ ਲਈ ਕਿਹਾ ਹੈ ਪਾਰਟੀਆਂ ਚ ਚੋਣਾਂ ਲਈ ਪਾਰਟੀਆਂ ਦਾ ਚੋਣਾਂ ਚ ਜਿੱਤ ਦੇ ਲਈ ਪੰਜਾਬੀ ਗਾਇਕਾਂ ਦਾ ਦਾਅ ਜਾਣੋ ਕਿਸ ਚ ਕਿੰਨਾ ਦਮ ਸਿਆਸੀ ਪਾਰਟੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਚੋਟੀ ਦੇ ਪੰਜਾਬੀ ਗਾਇਕਾਂ ਨੂੰ ਮੈਦਾਨ ਦੇ ਵਿੱਚ ਉਤਾਰ ਕੇ ਆਪਣੀ ਪ੍ਰਸਿੱਧੀ ਰਾਹੀਂ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਪੰਜਾਬੀ ਪੌਪ ਦੀ ਵਿਆਦੀ ਪ੍ਰਸਿੱਧੀ ਦੇ ਨਾਲ ਅੱਜ ਪਾਰਟੀਆਂ ਦਾ ਮੰਨਣਾ ਹੈ ਕਿ ਮਸ਼ਹੂਰ ਗਾਇਕਾਂ ਨੂੰ ਮੈਦਾਨ ਦੇ ਵਿੱਚ ਉਤਾਰਨਾ ਪੀੜ ਨੂੰ ਆਕਰਸ਼ਿਤ ਕਰਨਾ ਹੋਵੇਗਾ ਤਾਂ ਜੋ ਉਹਨਾਂ ਦੇ ਨਾਲ ਜੁੜ ਜਾਵੇ ਇਸੇ ਤਰ੍ਹਾਂ ਹੀ ਮਾਨਸਾ ਤੋਂ ਸਿੱਧੂ ਨੂੰ ਕਾਂਗਰਸ ਦੇ ਵੱਲੋਂ ਉਮੀਦਵਾਰ ਬਣਾਇਆ ਗਿਆ ਹੈ ਆਮ ਆਦਮੀ ਪਾਰਟੀ ਨੇ ਖਰੜ ਤੋਂ ਗਾਇਕਨ ਮੋਲ ਗਗਨ ਮਾਨ ਨੂੰ ਤੇਰਾਮਪੁਰਾ ਫੂਲ ਤੋਂ ਬਲਕਾਰ ਸਿੱਧੂ ਨੂੰ ਉਮੀਦਵਾਰ ਬਣਾਇਆ ਹੈ ਪੰਜਾਬ ਵਿਧਾਨ ਸਭਾ ਚੋਣਾਂ ਦੇ ਲਈ 20 ਫਰਵਰੀ ਨੂੰ ਵੋਟਾਂ ਪੈਣਗੀਆਂ ਪੰਜਾਬੀ ਗਾਇਕ ਸਦੀਕ ਕਾਂਗਰਸੀ ਐਮਪੀ ਹਨ ਜਿਹੜੇ ਕਿ ਫਰੀਦਕੋਟ ਹਲਕੇ ਤੋਂ ਮੈਂਬਰ ਹਨ ਕੈਂਟ ਵਿਧਾਨ ਸਭਾ ਹਲਕੇ ਦੀ ਹੌਟ ਸੀਟ ਨੂੰ ਲੈ ਕੇ ਬਦਲੇ ਸਮੀਕਰਨ ਸੰਗਠਨ ਅਮੀਰੀ ਅਮਰੀ ਅਤੇ ਮੱਕੜ ਦੇ ਹੱਕ ਚੋਂ 150 ਭਾਰਤੀ ਜਨਤਾ ਪਾਰਟੀ ਦੇ ਜਲੰਧਰ ਕੈਂਡ ਤੋਂ ਵਿਧਾਨ ਸਭਾ ਹੇਟਸ ਹੌਟ ਬਣਦੀ ਜਾ ਰਹੀ ਹੈ ਇਸ ਸੀਟ ਤੇ ਕਈ ਸੰਭਾਵਿਤ ਉਮੀਦਵਾਰ ਜਬਰਦਸਤ ਲੌਂਬਿੰਗ ਕਰ ਰਹੇ ਨੇ ਪਰ ਜੋ ਤਾਜ਼ਾ ਸਮੀਕਰਨ ਸਾਹਮਣੇ ਆ ਰਹੇ ਨੇ ਇਸ ਤੋਂ ਪਤਾ ਲੱਗਾ ਕਿ ਭਾਜਪਾ ਸੰਗਠਨ ਦਾ ਇੱਕ ਵੱਡਾ ਖੇਮਾ ਦਿਹਾਤੀ ਦੇ ਪ੍ਰਧਾਨ ਅਮਰਜੀਤ ਸਿੰਘ ਅਮਰੀ ਨੂੰ ਉਮੀਦਵਾਰ ਬਣਾਉਣ ਦੇ ਹੱਕ ਵਿੱਚ ਹੈ ਭਾਜਪਾ ਜਲੰਧਰ ਦੀਆਂ ਚਾਰੀ ਸੀਟਾਂ ਨੂੰ ਲੈ ਕੇ ਮੰਤਨ ਦੇ ਵਿੱਚ ਬੈਠੀ ਹੋਈ ਹੈ ਸ਼੍ਰੋਮਣੀ ਕਮਿਊਨਿਟੀ ਪ੍ਰਧਾਨ ਧਾਮੇ ਦਿੱਲੀ ਕਮੇਟੀ ਦੀ ਚੋਣ ਵੇਲੇ ਗੁਰੂ ਦੀ ਹੋਈ ਬਯਦਵੀ ਦਾ ਮੁੱਖ ਦੋਸ਼ੀ ਦਾਦੂਵਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਦੀ ਚੋਣ ਵੇਲੇ ਬਾਦਲ ਦਲ ਵੱਲੋਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਕੀਤੀ ਗਈ ਸੀ ਇਸ ਨੇ ਸਿੱਖ ਜਗਤ ਦੇ ਹਿਰਦੇ ਬਲੂਂਦਰ ਕੇ ਰੱਖ ਦਿੱਤੇ ਸੀ ਸਿੱਖਾਂ ਦੀ ਸਰਮੌਰ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਤਾਮੀ ਗੁਰੂ ਘਰ ਹੋਈ ਬੇਅਦਬੀ ਦਾ ਮੁੱਖ ਦੋਸ਼ੀ ਹੈ ਜਿਸ ਨੇ ਬਾਦਲ ਦਲ ਦਾ ਪ੍ਰਧਾਨ ਬਣਾਉਣ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਤਾਦਿਵ ਸਤਕਾਰ ਵੀ ਕਾਇਮ ਨਹੀਂ ਰੱਖਿਆ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਦੋਸ਼ ਨੂੰ ਕਬੂਲਦਿਆਂ ਪ੍ਰਧਾਨ ਤਰੰਤ ਤਾਮੇ ਨੂੰ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮੀਡੀਆ ਨੂੰ ਇੱਕ ਲਿਖਤੀ ਪ੍ਰੈਸ ਨੋਟ ਜਾਰੀ ਕਰਕੇ ਕੀਤਾ ਉਹਨਾਂ ਨੇ ਕਿਹਾ ਜੀ ਪਹਿਲੀ ਵਾਰ ਹੋਇਆ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸੋਖ ਆਸਣ ਤੋਂ ਬਾਅਦ ਬਿਨਾਂ ਹਜ਼ੂਰੀ ਤੋਂ voting ਹੋਈ ਹੈ ਜਿਸ ਵਿੱਚ ਭਾਰੀ ਪੁਲਿਸ ਬਲ ਦੀ ਮਦਦ ਨਾਲ ਪ੍ਰਧਾਨ ਚੁਲਿਆ ਗਿਆ ਐਸੇ ਪ੍ਰਧਾਨ ਨੂੰ ਪੰਥ ਵੱਲੋਂ ਕੋਈ ਮਾਨਤਾ ਨਹੀਂ ਹੋਵੇਗੀ ਵੈਨਕੂਵਰ ਟ੍ਰਾਂਟੋ ਤੋਂ ਅੰਮ੍ਰਿਤਸਰ ਲਈ ਚੱਲੀਆਂ ਸਿੱਧੀਆਂ ਉਡਾਨਾਂ ਐਮਪੀ ਬ੍ਰੈਡ ਵਿਸ ਕੈਨੇਡਾ ਦੀ ਸੰਸਦ ਨੂੰ ਰੱਖਣਗੇ ਮੰਗ ਫਲਾਈ ਅੰਮ੍ਰਿਤਸਰ ਇਨੀ ਸੀਏਟੀ ਬਨੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਤੋਂ ਸੰਸਦ ਬੋਰਡ ਮੈਮ ਪਰੜ ਦਾ ਵਿਸ਼ ਦਾ ਧੰਨਵਾਦ ਕੀਤਾ ਕਿਉਂਕਿ ਬੈਰਡ ਨੇ ਇਸ ਵਿਸ਼ ਨੇ ਇੱਕ ਕੈਨੇਡਾ ਤੋਂ ਅੰਮ੍ਰਿਤਸਰ ਲਈ ਸਿੱਧੀਆਂ ਉਡਾਨਾਂ ਦੀ ਮੰਗ ਸੰਬੰਧੀ ਪਾਰਲੀਮੈਂਟ ਦੇ ਵਿੱਚ ਧਾਰਿਤ ਕੀਤੀਆਂ ਗਿਆ ਪਟੀਸ਼ਨਰਾਂ ਨੂੰ ਸਪੌਂਸਰ ਕਰਨ ਅਤੇ ਸਿੱਧੀਆਂ ਉਡਾਨਾਂ ਨੂੰ ਸਰਗਰਮੀ ਨਾਲ ਵਕਾਲਤ ਕੀਤੀ ਸਾਂਝੇ ਬਿਆਨ ਵਿੱਚ ਅਨੰਤ ਦੀਪ ਸਿੰਘ ਢਿੱਲੋਂ ਕਨਵੀਨਰ ਉਤਰੀ ਅਮਰੀਕਾ ਫਲਾਈ ਅੰਮ੍ਰਿਤਸਰ ਇਨੀ ਸ਼ੀਅਟਵ ਦੇ ਗਲੋਬਲ ਕਨਵੀਨਰ ਸੁਮੇੇਪ ਸਿੰਘ ਗੁਮਟਾਲਾ ਤੇ ਪੰਜਾਬੀ ਡਾਇਪੋਸਟਰਾ ਦੇ ਲੰਮੇ ਸਮੇਂ ਤੋਂ ਲੜਕਦੀ ਆ ਰਹੀ ਇਸ ਮੰਗ ਨੂੰ ਪੂਰਾ ਕੀਤਾ ਹੈ ਸੰਘਰਸ਼ ਕਮੇਟੀ ਨੇ ਡਰੋਨ ਰਾਹੀਂ ਸਰਵੇ ਕਰਕੇ ਮੁਲਾਜ਼ਮਾਂ ਦੀ ਕੀਤੀ ਕਿ ਰਵੰਦੀ ਸ਼ੈਣਾ ਨੇੜੇ ਪਿੰਡ ਲੀਲੋ ਕੋਠੇ ਨੇੜੇ ਨਿਕਲ ਰਹੀ ਨੈਸ਼ਨਲ ਹਾਈਵੇ ਤੇ ਵਿਰੋਧ ਚੂ ਸੰਘਰਸ਼ਕ ਕਮੇਟੀ ਨੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਡਰੋਨ ਰਾਹੀਂ ਸਰਵੇ ਕਰਕੇ ਸੜਕ ਨਿਰਮਾਣ ਕੰਪਨੀ ਦੇ ਮੁਲਾਜ਼ਮਾਂ ਦੀ ਸਵੇਰ ਤੋਂ ਹੀ ਕੇਰਾਬੰਦੀ ਕੀਤੀ ਹੈ ਤੇ ਸ਼ਾਮ ਤੱਕ ਜਾਰੀ ਰਹੇਗੀ ਇਸ ਮੌਕੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਹੋਇਆ ਸੀ ਕਈ ਵਾਰ ਹਾਈ ਕਮਾਂਡ ਦੇ ਅਨ ਦੇਖੀ ਕਰ ਦਿੰਦੇ ਨੇ ਮਾਨਸਾ ਦੇ ਕਾਂਗਰਸੀ ਵੋਟਰ ਵਿਧਾਨ ਸਭਾ ਹਲਕੇ ਤੋਂ ਮੂਸੇਵਾਲਾ ਨੂੰ ਕਾਂਗਰਸੀ ਹਾਈ ਕਮਾਂਡ ਦੇ ਵੱਲੋਂ ਪਾਰਟੀ ਟਿਕਟ ਨਾਲ ਨਿਵਾਜਨ ਦੇ ਵਿਰੋਧ ਵਿੱਚ ਜਿਸ ਤਰ੍ਹਾਂ ਟਕਸਾਲੀ ਕਾਂਗਰਸੀ ਪਰਿਵਾਰ ਗਾਗੋਵਾਲ ਹਲਕਾ ਵਿਧਾਇਕ ਨਾਜਰ ਸਿੰਘ ਮਾਨਨਾ ਸ਼ਾਇਆ ਯੂਥ ਕਾਂਗਰਸ ਦੇ ਪ੍ਰਧਾਨ ਚੁਸ਼ਪਿੰਦਰ ਸਿੰਘ भोपाल ਖੁੱਲ ਕੇ ਸਾਹਮਣੇ ਆਏ ਹਨ ਕਾਰਨ ਜ਼ਮੀਨੀ ਪੱਧਰ ਤੇ ਕਾਂਗਰਸੀ ਵਰਕਰਾਂ ਸਾਹਮਣੇ ਆਏ ਹਨ VOTER ਹਾਲੇ ਤੱਕ ਦੁਚਿੱਤੀ ਵਿੱਚ ਹਨ ਭਾਵੇਂ ਮੂਸੇਵਾਲਾ ਵੱਲੋਂ ਸਰਗਰਮੀ ਦੇ ਨਾਲ ਚੋਣ ਪ੍ਰਚਾਰ ਵਿੱਢਿਆ ਹੋਇਆ ਹੈ ਇਤਿਹਾਸ ਗਵਾਏ ਕਿ ਹਾਈ ਕਮਾਂਡ ਦਾ ਜੇਕਰ ਕਾਂਗਰਸੀ ਵਰਕਰਾਂ ਨੂੰ ਲੈ ਕੇ ਫੈਸਲਾ ਨਾ ਰਾਸ ਆਵੇ ਤਾਂ ਵੱਡਾ ਉਲਟ ਫੇਰ ਵੀ ਕਰ ਦਿੰਦੇ ਨੇ 1980 ਦੇ ਵਿੱਚ ਕਾਂਗਰਸ ਪਾਰਟੀ ਨੇ ਮਾਨਸਾ ਤੋਂ ਬਾਹਰੀ ਉਮੀਦਵਾਰ ਤਰਲੋਚਨ ਨੂੰ ریاਸਤੀ ਚੋਣ ਲੜਾਈ ਸੀ ਪਰੰਤੂ ਉਹ ਹਾਰ ਗਿਆ ਸੀ ਗੁਰਮੀਤ ਸਿੰਘ ਰਠੌਰ ਤੇ ਸਿੱਧੂ ਆਪ ਦੇ ਵਿੱਚ ਸ਼ਾਮਲ ਆਦਮਾ ਆਦਮੀ ਪਾਰਟੀ ਬਠਿੰਡਾ ਤੋਂ ਉਮੀਦਵਾਰ ਜਗਰੂਪ ਸਿੰਘ ਗਿੱਲ ਦੀ ਲੋਕਾਂ ਦੇ ਦਿਲਾਂ ਚ ਬਣੀ ਸ਼ਬੀ ਸਾਫ ਦਿਖਾਈ ਦੇ ਰਹੀ ਹੈ ਜਿਸ ਤੇ ਚੱਲਦਿਆਂ ਹਰ ਰੋਜ਼ ਸ਼ਹਿਰ ਵਾਸੀਆਂ ਦਾ ਉਹਨਾਂ ਦੇ ਨਾਲ ਜੁੜਨ ਦਾ ਸلسਲਾ ਲਗਾਤਾਰ ਜਾਰੀ ਹੈ ਇਹ ਪ੍ਰਗਟਾਵਾ ਜੁਰ ਰਠੌਰ ਬਰਾਦਰੀ ਦੇ ਗੁਰਮੀਤ ਸਿੰਘ ਰਠੌਰ ਤੇ ਪੋਲੀਟਿਕਲਿਕਲ ਪਲੈਨਿੰਗ ਸੈੱਲ ਦੇ ਸਾਬਕਾ ਵਾਈਸ ਚੇਅਰਮੈਨ ਗੁਰਮੀਤ ਸਿੰਘ ਸਿੱਧੂ ਨੇ ਕੀਤਾ ਹੈ ਤੇ ਕਾਂਗਰਸ ਪਾਰਟੀ ਦਾ ਸਾਥ ਛੱਡ ਕੇ ਸਿੱਧੂ ਆਪ ਦੇ ਵਿੱਚ ਸ਼ਾਮਲ ਹੋ ਗਏ ਨੇ ਇਸ ਵੇਲੇ ਦੀ ਬਿਗ ਬ੍ਰੇਕਿੰਗ ਨਿਊਜ਼ ਆ ਵੱਡੀ ਨਿਊਜ਼ ਆ ਇਸ ਮੌਕੇ ਜਗਰੂਪ ਗਿੱਲ ਵੱਲੋਂ ਜਿਨ੍ਹਾਂ ਆਖਦਿਆਂ ਹੋਇਆ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਤੇ ਇਸ ਮੌਕੇ ਗਰਮੀਤ ਸਿੰਘ ਸਿੱਧੂ ਨੇ ਕਿਹਾ ਕਿ ਜਗਰੂਪ ਗਿੱਲ ਅਜਿਹੇ ਸਾਫ਼ ਸੁਥਰੀ ਸ਼ਬੀ ਵਾਲੇ ਲੀਡਰ ਬਦਲਾਅ ਲਿਆ ਸਕਦੇ ਨੇ ਹਲਕਾ ਰਾਮਪੁਰਾ ਚੋ ਅਕਾਲੀ ਦਲ ਨੂੰ ਝਟਕਾ ਯੂਥ ਅਕਾਲੀ ਆਗੂ ਕਾਂਗਰਸ ਦੇ ਵਿੱਚ ਸ਼ਾਮਲ ਰਾਮਪੁਰਾ ਵਿੱਚ ਅਕਾਲੀ ਦਲ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਯੂਥ ਕਾਂਗਰਸ ਦੇ ਜਨਰਲ ਸਕੱਤਰ ਜ਼ਿਲ੍ਹਾ ਜਨਰਲ ਸਕੱਤਰ ਸਿਮਰਜੀਤ ਸਿੰਘ ਸਲੈਚ ਆਪਣੇ ਸਾਥੀਆਂ ਨਾਲ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਉਮੀਦਵਾਰਾਂ ਤੇ ਮੌਜੂਦਾ ਵਿਧਾਇਕ ਹਰਦਾਇਲ ਕੰਬੂਜ਼ ਦੀ ਅਗਵਾਈ ਹੇਠਾਂ ਕਾਂਗਰਸ ਦੇ ਵਿੱਚ ਇਹਨਾਂ ਨੂੰ ਸ਼ਾਮਲ ਕਰਵਾਇਆ ਗਿਆ ਜਾਨੀ ਰਗਬੀਰ ਸਿੰਘ ਦੇ ਵੱਲੋਂ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਦੀ ਰਿਹਾਈ ਦੀ ਮੰਗ ਸੋ ਭੁੱਲਰ ਦੀ ਰਿਹਾਈ ਦੀ ਮੰਗ ਸਾਰਿਆਂ ਦੇ ਵੱਲੋਂ ਕੀਤੀ ਜਾ ਰਹੀ ਹੈ ਦੋਸਤੋ ਰਾਣਾ ਮંત્રી ਰਾਣਾ ਗੁਰਜੀਤ ਸਿੰਘ ਦਾ ਪਲਟਵਾਰ ਸੋਨੀਆ ਗਾਂਧੀ ਨੂੰ ਕੀਤੀ ਸੁਖਪਾਲ ਖੈਰਾ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢਣ ਦੀ ਮੰਗ ਸੀਨੀਅਰ ਕਾਂਗਰਸ ਨੇਤਾ ਦੇ ਤਕਨੀਕੀ ਸਿੱਖਿਆ ਮੰਤਰੀ ਰਾਣਾ ਗੁਰਮੀਤ ਗੁਰਜੀਤ ਸਿੰਘ ਨੇ ਆਪਣੇ ਵਿਰੋਧੀ ਜੇਲ੍ਹ ਵਿੱਚ ਬੰਦ ਕਾਂਗਰਸ ਨੇਤਾ ਸੁਖਪਾਲ ਖੈਰਾ ਤੇ ਪਲਟਵਾਰ ਕੀਤਾ ਉਹਨਾਂ ਨੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਚਿੱਠੀ ਲਿਖ ਕੇ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਕਥਿਤ ਸ਼ਮੂਲੀਅਤ ਨੂੰ ਲੈ ਕੇ ਸੁਖਪਾਲ ਖੈਰਾ ਨੂੰ ਪਾਰਟੀ ਦੇ ਵਿੱਚੋਂ ਕੱਢਣ ਦੀ ਮੰਗ ਕੀਤੀ ਹੈ ਚਿੱਠੀ ਦੇ ਵਿੱਚ ਰਾਣਾ ਨੇ ਕਿਹਾ ਕਿ ਖੈਰਾ ਮਨੀ ਲਾਂਡਰਿੰਗ ਦੇ ਮਾਮਲੇ 'ਚ ਉਸ ਸਮੇਂ ਜੇਲ੍ਹ ਦੇ ਵਿੱਚ ਇਹ ਕੋਈ ਆਮ ਬੇਨਾਮੀ ਸੰਪਤੀ ਜਾਂ ਧੰਨ ਨਾਲ ਜੁੜਿਆ ਕੇਸ ਨਹੀਂ ਸਗੋ ਡਰੱਗ ਮਨੀ ਦੇ ਨਾਲ ਜੁੜਿਆ ਹੋਇਆ ਮਾਮਲਾ ਇਸ ਕਰਕੇ ਇਸ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢ ਦੇਣਾ ਚਾਹੀਦਾ ਹੈ ਪੰਜਾਬ ਨੂੰ ਖੁਸ਼ਹਾਲ ਬਣਾਉਣ ਦੇ ਲਈ ਪੰਜਾਬ ਪੱਖੀ ਵਿੱਤੀ ਮਾਡਲ ਤੇ ਅਮਲ ਕਰੇਗੀ ਆਪ ਦੀ ਸਰਕਾਰ ਭਗਵੰਤ ਮਾਨ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਦੋਸ਼ ਲਾਇਆ ਕਿ ਪੰਜਾਬ ਦੀ ਜਰਜਰ ਆਰਥਿਕ ਸਤੇਤੀ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਕਾਂਗਰਸ ਦੀ ਕੈਪਟਨ ਮਰਿੰਦਰ ਸਿੰਘ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜ਼ਿੰਮੇਵਾਰ ਹੈ ਜਿਨ੍ਹਾਂ ਨੇ ਕਈ ਵਾਰੀਆਂ ਬੰਦ-ਬੰਦ ਕੇ ਦਹਾਕਿਆਂ ਤੱਕ ਪੰਜਾਬ ਤੇ ਰਾਜ ਕੀਤਾ ਤੇ ਪੰਜਾਬ ਦੇ ਖਜ਼ਾਨੇ ਨੂੰ ਆਰਥਿਕ ਸਾਧਨਾਂ ਨੂੰ ਸਰਕਾਰੀ ਜ਼ਮੀਨਾਂ ਨੂੰ ਜਾਇਦਾਦਾਂ ਨੂੰ ਲੁੱਟ ਕੇ ਆਪਣੇ ਘਰ ਪਾਸੇ ਦਾ ਇਮਾਨ ਨਿਗਿਆ ਜੀ ਪੰਜਾਬ ਤੇ ਰਾਜ ਕਰਨ ਵਾਲਿਆਂ ਦੇ ਰਾਜ ਨੂੰ ਜਿੱਥੇ ਪੰਜਾਬ ਚੋਂ 3 ਲੱਖ ਕਰੋੜ ਤੋਂ ਵੱਧ ਕਰਜ਼ੇ ਚ ਡੁੱਬਾਏ ਉੱਥੇ ਹੀ ਨਸ਼ਿਆਂ ਦੇ ਨਾਲ ਮਾਰੇ ਗਏ ਲੱਖਾਂ ਨੌਜਵਾਨ ਗਰੀਬੀ ਦੇ ਕਾਰਨ ਲੱਖਾਂ ਕਰ ਪੇਰੋਜ਼ਗਾਰ ਹੋ ਗਏ ਨੇ ਲੋਕਾਂ ਨੇ ਆਤਮ ਹੱਤਿਆ ਕਰ ਲੀਆਂ ਨੇ ਕਿਸਾਨ ਮਜ਼ਦੂਰ ਕਰਜ਼ੇ ਦੇ ਬੋਝ ਥੱਲੇ ਮਰ ਰਹੇ ਨੇ ਪੰਜਾਬ ਦਾ ਪਾਣੀ ਜ਼ਮੀਨ ਨਹੀਂ ਅਤੇ ਵਾਤਾਵਰਨ ਲੁੱਟੇ ਗਏ ਨੇ ਬੁੱਧਵਾਰ ਨੂੰ ਪਾਰਟੀ ਦੇ ਮੁਖ ਤਖਤਰ ਤੋਂ ਇਹ ਬਿਆਨ ਭਗਵੰਤ ਮਾਨ ਨੇ ਜਾਰੀ ਕੀਤਾ ਈਕੇ ਦੀਆਂ ਦੋਵੇਂ ਖਰਾਕਾਂ ਨਾ ਲੈਣ ਵਾਲੇ ਸਰਕਾਰੀ ਸੇਵਾਵਾਂ ਤੋਂ ਵਾਂਝੇ ਰਹਿਣਗੇ ਡਿਪਟੀ ਕਮਿਸ਼ਨਰ ਡਿਪਟੀ ਕਮਿਸ਼ਨਰ ਫਾਜ਼ਲਕ ਬਬੀਤਾ ਕਲੇਰ ਨੇ ਇੱਕ ਵਾਰ ਫਿਰ ਜ਼ਿਲ੍ਹਾ ਵਾਸੀਆਂ ਨੂੰ ਕੋਵਿਡ ਦਾ ਟੀਕਾ ਲਗਵਾਉਣ ਦੀ ਅਪੀਲ ਕੀਤੀ ਅਤੇ ਪ੍ਰਸ਼ਾਸਨ ਮਨੁੱਖਤਾ 'ਚੋਂ ਕਰੋਨਾ ਟੀਕਾ ਲਗਵਾਉਣ ਦੇ ਲਈ ਸਖਤ ਕਦਮ ਚੁੱਕਣ ਤੋਂ ਪਿੱਛੇ ਨਹੀਂ ਹਟੇਗਾ ਉਹਨਾਂ ਨੇ ਕਿਹਾ ਜੀ ਜਿਨ੍ਹਾਂ ਨੂੰ ਦੋਵੇਂ ਕਰੋਨਾ ਦੇ ਟੀਕੇ ਨਾ ਲੱਗੇ ਹੋਣਗੇ ਉਹਨਾਂ ਨੂੰ ਕੋਈ ਵੀ ਸਰਕਾਰੀ ਸਹੂਲਤ ਨਹੀਂ ਦਿੱਤੀ ਜਾਵੇਗੀ ਉਹਨਾਂ ਨੂੰ ਬੈਂਕ ਦੇ ਵਿੱਚ ਨਾ ਆਉਣ ਦਿੱਤਾ ਜਾਵੇ ਇਸ ਤੋਂ ਇਲਾਵਾ ਸਰਕਾਰੀ ਅਤੇ ਨਿੱਜੀ ਅਦਾਰਿਆਂ 'ਚ ਜੋ ਸੇਵਾਵਾਂ ਲੈਣਦੇ ਵੀ ਟੀਕਾ ਲਗਾਉਣਾ ਜ਼ਰੂਰੀ ਕੀਤਾ ਜਾ ਸਕਦਾ ਹੈ ਇਸ ਲਈ ਲੋਕਾਂ ਨੂੰ ਪੀਲਿਆ ਕਿ ਜਿਨ੍ਹਾਂ ਦੀ ਵੈਕਸੀਨ ਨਹੀਂ ਲੱਗੀ ਉਹ ਤੁਰੰਤ ਪਹਿਲੀ ਡੋਜ਼ ਲਵਾਣ ਜਿਨ੍ਹਾਂ ਦੇ ਪਹਿਲੀ ਡੋਜ਼ ਲੱਗੀ ਉਹ ਦੂਜੀ ਡੋਜ਼ ਲਵਾਣ ਆਮ ਆਦਮੀ ਪਾਰਟੀ ਨੇ ਹਲਕਾ ਦਾਖਾ ਤੋਂ ਬਦਲਿਆ ਉਮੀਦਵਾਰ ਐਨ ਕੇ ਐਸ ਕੰਗ ਨੂੰ ਦਿੱਤੀ ਟਿਕਟ ਆਮ ਆਦਮੀ ਪਾਰਟੀ ਨੇ ਹਲਕਾ ਦਾਖਾ ਤੋਂ ਉਮੀਦਵਾਰ ਬਦਲ ਕੇ ਐਨ ਐਸ ਐਨ ਕੇ ਐਸ ਕੰਗ ਨੂੰ ਟਿਕਟ ਦਿੱਤੀ ਜਿਮਨੀ ਚੋਣਾ ਜੋ ਪਿਛਲੀ ਵਾਰ ਉਮੀਦਵਾਰ ਮੋਹੀਦੀ ਜ਼ਮਾਨਤ ਜਬਤ ਹੋ ਗਈ ਸੀ ਹਲਕਾ ਦਾਖਾ ਦੇ ਉਮੀਦਵਾਰ ਦੇ ਹੱਕ ਚ ਦਿੱਲੀ ਦੇ ਸਿਹਤ ਮੰਤਰੀ ਪ੍ਰਚਾਰ ਕਰਦੇ ਨਜ਼ਰਾਏ ਸਿਹਤ ਮੰਤਰੀ ਵੱਲੋਂ ਜਿੱਤੇ ਪੰਜਾਬ ਵਿੱਚ ਵਧੀਆ ਸਿਹਤ ਸੇਵਾਵਾਂ ਦੇਣ ਦੀ ਗੱਲ ਕੀਤੀ ਉੱਥੇ ਖੁਦ ਕਰੋਨਾ ਨਿਜ਼ਮਾ ਦੀ ਅਣਦੇਖੀ ਕਰਦੇ ਹੋਏ ਨਜ਼ਰਾਏ ਕਿਉਂਕਿ ਉਹਨਾਂ ਵੱਲੋਂ ਕਰੋਨਾ ਨਿਜ਼ਮਾ ਨੂੰ ਸ਼ਿੱਕੇ ਤੇ ਟੰਗ ਕੇ ਹਾਲ ਦੇ ਵਿੱਚ ਵੱਡਾ ਘੱਟ ਕੀਤਾ ਗਿਆ ਆਪ ਹਲਕਾ ਦਾਖਾ ਤੋਂ ਬਦਲਿਆ ਉਮੀਦਵਾਰ ਗਿਆ ਏ ਸੋ ਇਸ ਮੌਕੇ ਦਿੱਲੀ ਦੇ ਸਿਹਤ ਮੰਤਰੀ ਨੇ ਜਿੱਤ ਦਾ ਦਾਵਾ ਕਰਦਾ ਕਿ ਹੈ ਕਿ ਪਾਰਟੀ ਹਲਕਾ ਦਾਖਾਚੂ ਜਿਮਨੀ ਚੂਣਾ ਦਰਨ ਹਰਵਿੰਦਰ ਸਿੰਘ ਫੂਲਕਾ ਦੇ ਹਲਕਾ ਛੱਡ ਜਾਣ ਦਾ ਕਮਯਾਜਾ ਭੁਗਤ ਚੁੱਕੀ ਹੈ। ਭਗਵੰਤ ਮਾਨ ਦਾ ਵਿਧਾਨ ਸਭਾ ਹਲਕਾ ਤੁਰੀ ਪਹੁੰਚਣ ਤੇ ਥਾਂ ਥਾਂ ਪਰਵਾਸਾਗਤ ਸੋ ਇਹ ਵੱਡੀ ਖਬਰ ਆ ਦੋਸਤੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਪਾਰਟੀ ਪ੍ਰਧਾਨ ਭਗਵੰਤ ਮਾਨ ਐਤਵਾਰ ਹਲਕਾ ਵਿੱਚ ਪਹਿਲੀ ਵਾਰ ਆਮਦ ਨੂੰ ਲੈ ਕੇ ਜਿੱਥੇ ਹਮਾਇਤੀਆਂ ਦੇ ਵੱਲੋਂ ਰਸਤੇ 'ਚੋਂ ਥਾਂ ਥਾਂ ਦੇ ਫੁੱਲਾਂ ਦੀ ਵਰਖਾ ਕਰਦੇ ਪਰਮਾ ਸੰਵਾਗ ਕੀਤਾ ਗਿਆ ਉੱਥੇ ਹੀ ਆਮ ਲੋਕਾਂ ਵਿੱਚ ਭਗਵੰਤ ਮਾਨ ਦੇ ਪ੍ਰਤੀ ਉਤਸ਼ਾਹ ਦੇਖਣ ਦੇ ਲਈ ਮਿਲਿਆ ਓਪਰਾਸ਼ਟਰਪਤੀ ਵੈਨਕਯੂ ਨਾਇਡੂ ਨਿਕਲੇ ਕਰੋਨਾ ਪੋਜ਼ਿਟਿਵ ਸੋ ਵੱਡੀ ਖਬਰ ਆ ਜੀ ਓਪਰਾਸ਼ਟਰਪਤੀ ਵੈਂਕੇ ਨਾਇਡੂ ਕਰੋਨਾ ਵਾਇਰਸ ਦੇ ਨਾਲ ਪੀੜਤ ਪਾਏ ਗਏ ਹਨ ਇਹ ਦੂਜਾ ਮੌਕਾ ਜਦੋਂ ਉਹ ਪੀੜਤ ਪਾਏ ਗਏ ਓਪਰਾਸ਼ਟਰਪਤੀ ਸਖਤਰੇਤ ਨੇਟ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਉਪਰਾਸ਼ਟਰਪਤੀ ਸਕੱਤਰ ਸਕੱਤਰੇਤ ਨੇ ਕਿਹਾ ਕਿ ਉਪਰਾਸ਼ਟਰਪਤੀ ਐਮ ਵੈਂਕੇ ਨਾਇਡੂ ਅੱਜ ਕਰੋਨਾ ਪੋਜ਼ਿਟਿਵ ਪਾਏ ਗਏ ਨੇ ਉਹ ਹਾਲੇ ਹਾਈਦਰਾਬਾਦ ਹਨ ਤੇ ਇੱਕ ਹਫਤੇ ਤੱਕ ਖੁਦ ਨੂੰ ਇਕਾਂਤ ਵਾਸ ਵਿੱਚ ਚਲੇ ਗਏ ਨੇ ਨਾਇਡੂ ਨੇ ਉਹਨਾਂ ਦੇ ਸੰਪਰਕ ਵਿੱਚ ਆਏ ਸਾਰੇ ਲੋਕਾਂ ਨੂੰ ਇਕਾਂਤ ਵਾਸ ਰਹਿਣ ਦੇ ਲਈ ਹੁਕਮ ਕੀਤਾ ਹੈ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਨਾਜਾਇਜ਼ ਮਾਈਨਿੰਗ ਦੇ ਸਬੰਧੀ ਚਾਰ ਦੇ ਵਿਰੁੱਧ ਮਾਮਲਾ ਦਰਜ ਬਾਂਸਲ ਨੇੜੇ ਪਿੰਡ ਦਾਤੇਵਾਸ ਵਿੱਚ ਹੋ ਰਹੀ ਮਿੱਟੀ ਦੀ ਨਾਜਾਇਜ਼ ਮਾਈਨਿੰਗ ਸਬੰਧੀ ਪੁਲਿਸ ਥਾਣਾ ਸਦਰ ਬੁੱਟਲਾਡਾ ਵਿਖੇ ਦੋ ਆਣ ਪਛਾਤੇ ਵਿਅਕਤੀਆਂ ਦੇ ਖਿਲਾਫ ਚਾਰ ਜਣਿਆਂ ਦੇ ਖਿਲਾਫ ਮਾਮਲਾ ਦਰਜ ਕਰਨ ਦਾ ਸਮਾਚਾਰ ਮਿਲੇ ਅਤੇ ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਦਾਤੇਵਾਸ ਵਿਖੇ ਮੁੱਖ ਸੜਕ ਤੇ ਨਜ਼ਦੀਕ ਹਾਈਵੇ ਸੜਕ ਦਾ ਨਿਰਮਾਣ ਕਰ ਰਹੀ ਕੰਪਨੀ ਦੇ ਵੱਲੋਂ ਬਣਾਏ ਗਏ ਲੁੱਕ ਪਲਾਂਟਾਂ ਲਈ ਠੇਕੇ ਤੇ ਲਈ ਗਈ ਜਮੀਨ 'ਚੋਂ ਜੀਸੀਬੀ ਮਸ਼ੀਨਾਂ ਨਾਲ ਗੈਰ ਕਾਨੂੰਨੀ ਤਰੀਕੇ ਨਾਲ ਮਾਈਨਿੰਗ ਕੀਤੀ ਜਾ ਰਹੀ ਸੀ ਆਮ ਆਦਮੀ ਪਾਰਟੀ ਦਾ ਕਾਂਗਰਸ ਤੇ ਹਮਲਾ ਪੁੱਛਿਆ ਚੰਨੀ ਵਿਰੁੱਧ ਸ਼ਿਕਾਇਤ ਮਿਲਣ ਤੇ ਰਾਹੁਲ ਸੋਨੀਆ ਨੇ ਕਾਰਵਾਈ ਕਿਉਂ ਨਹੀਂ ਕੀਤੀ ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲੇ ਦੇ ਸਹਿ ਇੰਚਾਰਜ ਰਗਵ ਚੱਡਾ ਨੇ ਕਾਂਗਰਸ ਦੀ ਲੀਡਰਸ਼ਿਪ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੇ ਸਵਾਲ ਉਠਾਉਂਦੇ ਹੋਏ ਕਿਹਾ ਹੈ ਕਿ ਜਦੋਂ ਸਾਬਕਾ ਮੁੱਖ ਮੰਤਰੀ ਕੈਪਟਨ ਮੋਰਿੰਦਰ ਸਿੰਘ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਰੇਤ ਮਾਫੀਆ ਚਲਾਉਣ ਦੇ ਲਈ ਚਰਨਜੀਤ ਚੰਨੀ ਦੇ ਖਿਲਾਫ ਲਿਖਤੀ ਸ਼ਿਕਾਇਤ ਕੀਤੀ ਹੈ ਤਾਂ ਉਸ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਚਾਠਾ ਨੇ ਕਿਹਾ ਕਾਂਗਰਸ ਲੀਡਰਸ਼ਿਪ ਨੇ ਚੰਨੀ ਤੇ ਕਾਰਵਾਈ ਕਰਨ ਦੀ ਬਜਾਏ ਉਹਨਾਂ ਨੂੰ ਮੁੱਖ ਮੰਤਰੀ ਬਣਾ ਦਿੱਤਾ ਹੈ ਚੋਣ ਜਾਬਤੇ ਦੀ ਉਲੰਘਣਾ ਤੇ ਪਟਿਆਲਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਬਲਵੀਰ ਦੇ ਖਿਲਾਫ ਕੇਸ ਦਰਜ ਤਰਪੂੜੀ ਪੁਲਿਸ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਜੀ ਇਹ ਮਾਮਲਾ ਸ਼ਹਿਰ ਸ਼ਹਿਰੀ ਦੇ ਬਿਆਨਾਂ ਦੇ ਏਡੀਸੀ ਸ਼ਹਿਰੀ ਦੇ ਬਿਆਨਾਂ ਦੇ ਆਧਾਰ ਤੇ ਸਨੀਚਰਵਾਰ ਨੂੰ ਦਰਜ ਕੀਤਾ ਗਿਆ ਡਾਕਟਰ ਬਲਵੀਰ ਤੇ ਦੋਸ਼ ਲੱਗੇ ਨੇ ਕਿ ਉਹਨਾਂ ਨੇ ਕੋਵਿਡ-19 ਨਿਯਮਾਂ ਦੀ ਉਲੰਘਣਾ ਕਰਦੇ ਹੋਏ ਸਰਹੰਦ ਰੋਡ ਦੇ ਸਥਿਤ ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ ਇਲਾਕੇ 'ਚ ਰੈਲੀ ਕੀਤੀ ਰੈਲੀ ਦੀ ਵੀਡੀਓ ਤੇ ਫੋਟੋਜ਼ ਵੀ ਈਡੀਸੀ ਕਮ ਰਿਟਰਨਿੰਗ ਅਫਸਰ ਵਿਧਾਨ ਸਭਾ ਕੋਲੇ ਪੁੱਜ ਗਈ ਸੀ ਜਿਸ ਤੋਂ ਹੀ ਪੜਤਾਲ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ ਚੋਣਾਂ ਦੇ ਸਬੰਧੀ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ ਇਸ ਦਿਨ ਤੋਂ ਹੋਵੇਗੀ ਸ਼ੁਰੂ ਜਾਨੋ ਨਾਮਜ਼ਦਗੀ ਵਾਪਸ ਲੈਣ ਦੀ ਆਖਰੀ ਤਾਰੀਖ ਭਾਰਤੀ ਚੋਣ ਕਮਿਸ਼ਨ ਨੇ ਐਲਾਨ ਕੀਤਾ ਹੈ ਕਿ ਚੋਣਾਂ ਦੇ ਮਤੇ ਨਜਰ 8 ਜਨਵਰੀ 2020 ਨੂੰ ਕਰ ਦਿੱਤਾ ਸੀ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਕਿਹਾ ਹੈ ਕਿ 25 ਜਨਵਰੀ ਮੰਗਲਵਾਰ ਨੂੰ ਨੋਟੀਫਿਕੇਸ਼ਨ ਜਾਰੀ ਹੋਣ ਦੇ ਨਾਲ ਪੱਤਰ ਦਾਖਲ ਕਰਨ ਦੀ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਮੁਹਿੰਮ ਸ਼ੁਰੂ ਹੋ ਜਾਵੇਗੀ ਸੋ ਆਖਰੀ ਮਿਤੀ 1 ਫਰਵਰੀ 2022 ਹੋਵੇਗੀ ਨਜ਼ਦੀਕੀ ਪੱਤਰਾਂ ਦੀ ਪੜਤਾਲ 2 ਫਰਵਰੀ 2022 ਬੁੱਧਵਾਰ ਤੱਕ ਹੋਵੇਗੀ ਜਦਕਿ ਨਾਮਜ਼ਦਗੀ ਪੱਤਰ ਵਾਪਸ ਲੰਘ ਦੀ ਮਿਤੀ 4 ਫਰਵਰੀ ਤੱਕ ਹੋਵੇਗੀ ਬੀਕੇ ਜੋ ਸਿੱਧੂਪੁਰ ਫੂਕੇ ਕੇਂਦਰ ਸਰਕਾਰ ਦੇ ਪੁਤਲੇ ਚੱਠਾ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਜ਼ਿਲ੍ਹਾ ਸੰਗਰੂਰ ਤੇ ਜਨਰਲ ਸਕੱਤਰ ਰਣ ਸਿੰਘ ਚੱਠਾ ਨੇ ਕਿਹਾ ਹੈ ਕਿ ਸੰਯੁਕਤ ਜਥੇਬੰਦੀ ਸੰਯੁਕਤ ਕਿਸਾਨ ਮੋਰਚੇ ਦੇ ਸਦ ਦੇ ਤਹਿਤ 31 ਜਨਵਰੀ ਨੂੰ ਮਨਾਏ ਜਾ ਰਹੇ ਵਿਸ਼ਵ ਵਿਸ਼ਵਾਸ ਘਾਤ ਦਿਵਸ ਦੇ ਮੌਕੇ ਤਹਿਸੀਲ ਚੂ ਜ਼ਿਲ੍ਹਾ ਪੱਧਰ ਤੇ ਕਾਂਗਰਸ ਸਰਕਾਰ ਦੇ ਪੁਤਲੇ ਫੂਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਉਲਰ ਦੀ ਰਿਹਾਈ ਚੋੜੀਕਾ ਡਾਊਨ ਵਾਲੀ ਆਪ ਪੰਜ ਨੂੰ ਪੰਜਾਬੀ ਕਦੇ ਵੋਟ ਨਹੀਂ ਪਾਉਣਗੇ ਚੰਦੂ ਮਦਰਨਾਣ ਕਹਿੰਦੇ ਵੱਡਾ ਬਿਆਨ ਦਿੱਤਾ ਹੈ ਫਿਰੋਜ਼ਪੁਰ ਸ਼ਹਿਰ ਤੋਂ ਟਿਕਟ ਮਿਲਣ ਤੋਂ ਬਾਅਦ ਪੱਤਰਕਾਰਾਂ ਦੇ ਰਨ ਰੂਬਾਰੂ ਹੁੰਦੇ ਰਾਣਾ ਸੋਢੀ ਨੇ ਕਿਹਾ ਉਹਨਾਂ ਵੱਲੋਂ ਆਪਣੇ ਨਾਮ ਵਾਸਤੇ ਪ੍ਰੈਸ ਮਿਲਣੀ ਰੱਖੀ ਗਈ ਸੀ ਇਸ ਦਰਾਂ ਨੂੰ ਉਹਨਾਂ ਨੇ ਹਾਈ ਕਮਾਂਡ ਦਾ ਧੰਨਵਾਦ ਕੀਤਾ ਤੇ ਫਿਰੋਜ਼ਪੁਰ ਦੀ ਜਨਤਾ ਦੇ ਲਈ ਵੱਡੇ ਦਾਅਵੇ ਕੀਤੇ ਰਾਣਾ ਸੋਢੀ ਨੇ ਦਾਅਵਾ ਦੀ ਝੜੀ ਲਾਉਂਦੇ ਕਿਹਾ ਜੀ ਸਭ ਤੋਂ ਪਹਿਲਾਂ ਕੇਂਦਰ ਸਰਕਾਰ ਅਤੇ ਬੀਜੇਪੀ ਹਾਈ ਕਮਾਂਡ ਦੇ ਨਾਲ ਗੱਲ ਕਰਕੇ ਫਿਰੋਜ਼ਪੁਰ ਦੇ ਵਿੱਚ ਇੱਕ ਵੱਡੀ ਇੰਡਸਟਰੀ ਲੈ ਕੇ ਆਉਣਗੇ ਜਿਸ ਨਾਲ ਫਿਰੋਜ਼ਪੁਰ ਦੇ ਸ਼ਹਿਰ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ ਜਿਸ ਨਾਲ ਕੇਂਦਰ ਸਰਕਾਰ ਨਾਲ ਗੱਲ ਕਰਕੇ ਭਾਰਤ ਪਾਕਿਸਤਾਨ ਹੁਸੈਨੀ ਵਾਲਾ ਬਾਰਡਰ ਕਸੂਰਤੀ ਵੱਲ ਤੋਂ ਖੁਲਵਾਉਣਗੇ ਜਿਸ ਨਾਲ ਇੱਥੋਂ ਦੀ ਵਪਾਰ ਸਿੱਧਾ ਸ਼ੁਰੂ ਹੋ ਜਾਵੇਗਾ ਫਿਰੋਜ਼ਪੁਰ ਤੋਂ ਟਿਕਟ ਮਿਲਣ ਤੋਂ ਬਾਅਦ ਉਹ ਕਾਫੀ ਖੁਸ਼ ਨਜ਼ਰ ਆ ਰਹੇ ਸਨ ਦੇਸ਼ ਦੇ ਲਈ ਨੇਤਾ ਜੀ ਦੀਆਂ ਮਹੱਤਵਪੂਰਨ ਯੋਗਦਾਨ ਹਰ ਭਾਰਤੀ ਨੂੰ ਹੋਣਾ ਚਾਹੀਦਾ ਮਾਣ ਪੀਐਮ ਮੋਦੀ ਨੇ ਲਿਖਿਆ ਵੱਡਾ ਬਿਆਨ ਚੋਣ ਕਮਿਸ਼ਨ ਨੇ ਸੂਬੇ ਚੋਂ 74.90 ਕਰੋੜ ਦੀਆਂ ਵਸਤੂਆਂ ਕਰ ਲਈਆਂ ਨੇ ਜ਼ਫਤ ਜਿਨ੍ਹਾਂ ਇਹ ਵਸਤੂਆਂ ਦੀਆਂ ਕੀਮਤਾਂ ਨੇ ਸਬੰਧੀ ਵਿਰਵੇ ਪੰਜਾਬ ਦੇ ਜੋ ਮੁੱਖ ਚੋਣ ਅਫਸਰ ਡਾਕਟਰ